ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ BE ਸੈਮੈਸਟਰ 1 ਪੰਜਾਬੀ ਪੰਜਾਬੀ ਸਾਹਿਤ ਦੇ ਲਈ ਜਿਹੜਾ ਹੈਗਾ ਆਪਾਂ ਮਾਡਲ ਟੈਸਟ ਪੇਪਰ ਡਿਸਕਸ ਕਰਾਂਗੇ ਜਿਹੜਾ ਕਿ ਨਿਊ ਲੇਟੈਸਟ ਸਿਲੇਬਸ ਦੇ ਅਕੋਰਡਿੰਗ ਹੈ ਸੋ 70 ਨੰਬਰ ਦਾ ਪੇਪਰ ਆਂਦਾ ਰੈਗੂਲਰ ਵਾਲਿਆਂ ਨੂੰ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਨੂੰ 100 ਨੰਬਰ ਦਾ ਪਰ ਇੱਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਵਾਲੇ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਨਹੀਂ ਸਭ ਲਈ ਇੰਪੋਰਟੈਂਟ ਹੈ ਤਾਂ ਇੱਕ ਵਾਰ ਮਾਡਲ ਟੈਸਟ ਪੇਪਰ ਜ਼ਰੂਰ ਪੜ ਲਿਆ ਕਰੋ ਕਿਉਂਕਿ ਇੱਕ ਤਰ੍ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਆਈਡੀਆ ਪੈਟਰਨ ਪਤਾ ਲੱਗ ਜਾਂਦਾ ਕਿ ਹੈ ਕੀ ਆ ਤੇ ਕਾਵ ਟੋਟੇ ਦਿੱਤੇ ਜਾਂਦੇ ਨੇ ਪ੍ਰਸੰਗ ਸਹਿਤ ਵਿਆਖਿਆ ਇਹਨਾਂ ਦੀ ਕਰਨੀ ਹ ਨਾਮ ਲਿਖਣਾ ਹੈ ਰਾਈਟਰ ਦਾ ਨਾਮ ਲਿਖਣਾ ਹੈ ਤੇ ਪੋਇਮ ਦਾ ਨਾਮ ਲਿਖਣਾ ਹੈ ਤੇ ਇਹਦੇ ਵਿੱਚ ਕਿਹੜੇ ਅੰਦਰੂਨੀ ਭਾਵ ਕਹੀ ਗਏ ਨੇ ਕੇਂਦਰੀ ਭਾਵ ਜਿਹੜਾ ਹੈ ਅੰਤਰੀ ਭਾਵ ਕਿਹੜਾ ਹੈ ਕਵਿਤਾ ਦਾ ਉਹ ਲਿਖਣਾ ਹੈ ਤੇ ਬਾਅਦ ਦੇ ਵਿੱਚ ਵਿਆਖਿਆ ਸਟਾਰਟ ਕਰ ਦੇਣੀ ਹੈ ਠੀਕ ਹੈ ਤਾਂ ਤਿੰਨ ਪ੍ਰਸੰਗਤ ਵਿਆਖਿਆ ਦੇ ਵੀ ਪੈਰਿਆਂ ਦੇ ਵਿੱਚੋਂ ਆਪਾਂ ਨੇ ਇੱਕ ਕਰਨਾ ਹੈ ਤਾਂ ਇੱਕ ਪੈਰਾ ਸੀਨੇ ਖਿੱਚ ਵਾਲਾ ਦਿੱਤਾ ਹੋਇਆ ਇੱਕ ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਗ ਗਏ ਸੋ ਇਹ ਦਿੱਤਾ ਹੋਇਆ ਠੀਕ ਹੈ ਤੀਜਾ ਜਿਹੜਾ ਦਿੱਤਾ ਗਿਆ ਚਤੁਰਭੁਜ ਬ੍ਰਹਮਾ ਨੇ ਦੁੱਖ ਸਾਜੇ ਸੈਵ ਸਬਜ ਤਾਂ ਇਹ ਜਿਹੜੇ ਇੰਪੋਰਟੈਂਟ ਤਿੰਨੇ ਨੇ ਉਸ ਤੋਂ ਬਾਅਦ ਦੇ ਵਿੱਚ ਵਿਸ਼ਾ ਵਸਤੂ ਕਿਸੇ ਇੱਕ ਕਵਿਤਾ ਦਾ ਵਿਸ਼ਾ ਵਸਤੂ ਦੀ ਚਰਚਾ ਕਰੋ ਹੁਣ ਦੇਖੋ ਵਿਸ਼ਾ ਵਸਤੂ ਜਿਹੜਾ ਹੈ ਕਿਧਰੋਂ ਵੀ ਪੁੱਛ ਸਕਦੇ ਨੇ ਕੁਰਬਾਨੀ ਲੀਡਰੀ ਦੀ ਫਿਕ ਠੀਕ ਹੈ ਤਾਂ ਇਹਦੇ ਵਿੱਚੋਂ ਜਿਹੜਾ ਹੈ ਜਾ ਕਰਕੇ অপਸ਼ਨ ਆਈ ਹੋਈ ਹੈ ਤਨੀ ਰਾਮ ਚਾਤਰਿਕ ਦੀ ਪੰਜਾਬੀ ਸਾਹਿਤ ਨੂੰ ਦੇਣ ਤਾਂ ਇੰਪੋਰਟੈਂਟ ਹੈ ਤਾਂ ਤਨੀ ਰਾਮ ਚਾਤਰਿਕ ਜਿਹੜੇ ਹੈ ਤੁਸੀਂ ਕਰਕੇ ਜਾ ਸਕਦੇ ਹੋ ਫਾਈਨ ਉਸ ਤੋਂ ਬਾਅਦ ਹੈ ਹਨੇਰੇ ਰਾਹ ਨਾਵਲ ਦੇ ਵਿਸ਼ਾ ਵਸਤੂ ਦੇ ਉੱਤੇ ਨੋਟ ਲਿਖੋ। ਤੋਂ ਹਨੇਰੇ ਰਾਹ ਨਾਵਲ ਦੇ ਵਿਸ਼ਾ ਵਸਤੂ ਜਿਹੜਾ ਹੈਗਾ ਇੰਪੋਰਟੈਂਟ ਹੈ। ਇਹ ਕਰਵਾ ਚੁੱਕੀ ਹਾਂ ਮੈਂ ਕਥਾਨਕ ਜਾਂ ਫਿਰ ਸ਼ਮਿੰਦਰ ਦਾ ਪਾਤਰ ਚਿੱਤਰਣ ਇਹ ਤਿੰਨਾਂ ਵਿੱਚੋਂ ਇੱਕ ਆ ਜਾਂਦਾ ਹੈ। ਆੜੇ 1 ਦੇ ਵਿੱਚ ਕਾਵ ਰੂਪ ਰੁਬਾਈ, ਗੀਤ, ਗ਼ਜ਼ਲ ਤਿੰਨਾਂ 'ਚੋਂ ਇੱਕ ਕਰਨਾ ਹੈ। ਆੜਾ 2 ਦੇ ਵਿੱਚ ਕੋਈ ਵੀ ਜਿਹੜਾ ਹੈ ਤੱਤ ਦੇ ਉੱਤੇ ਨੋਟ ਲਿਖਣਾ ਹੈ ਨਾਵਲ ਨਾਵਲੇਟ ਇਕਾਂਗੀ ਦੇ ਵਿੱਚੋਂ। ਪਾਗੀੜੀ ਚ ਛੋਟੇ ਕੁਸ਼ਨ ਆਏ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਕਿਸ ਚੰਦ ਚ ਲਿਖੀ ਗਈ ਹੈ ਸਾਰਾ ਜਗ ਸੀ ਭਗਤ ਸਿੰਘ ਨੂੰ ਭਗਤ ਸਿੰਘ ਦਾ ਜਸ ਕਿਉਂ ਕਹਿੰਦਾ ਮੈਂ ਨਹੀਂ ਰਹਿਣਾ ਤੇਰੇ ਗਿਰਾਂ ਇਹ ਵੀ ਇੰਪੋਰਟੈਂਟ ਪੋਇਮ ਹੈ ਮੈਂ ਨਹੀਂ ਰਹਿਣਾ ਤੇਰੇ ਗਿਰਾਂ ਠੀਕ ਹੈ ਸੋ ਇਹ ਕਿਸ ਦੀ ਰਚਨਾ ਹੈ ਮਤਲਾ ਕੀ ਹੁੰਦਾ ਹਨੇਰੇ ਰਾਹ ਨਾਵਲ ਦੇ ਪੰਜ ਮਰਦ ਪਾਤਰ ਕਿਹੜੇ ਨੇ 우ਸਤਾਦ ਸ਼ਮਿੰਦਰ ਜਿਹੜਾ ਹੈ ਕਿਸ ਗੱਲ ਕਰਕੇ ਔਖਾ ਸੀ ਜੀਪੀਐਸ ਕੀ ਹੁੰਦਾ ਕਰਨਵੀਰ ਸਪੇਨ ਤੋਂ ਟੋਰਾਂਟੋ ਕਿਉਂ ਆ ਰਿਹਾ ਸੀ 96 ਦਾ ਚਰਿੱਤਰ ਚਿਤ੍ਰਣ ਕਰੋ ਹਨੇਰੇ ਰਾ ਨਾਵਲ ਦਾ ਉਦੇਸ਼ ਕੀ ਹੈ ਗੀਤ ਕੀ ਹੁੰਦਾ ਤਾਂ ਇਹ ਇੰਪੋਰਟੈਂਟ ਹੈ ਉਸ ਤੋਂ ਬਾਅਦ ਚ ਜਨਵਰੀ 2023 ਦੇ ਅਕੋਰਡਿੰਗ ਜਿਹੜਾ ਹੈ ਇਹਨਾਂ ਨੇ ਮਾਡਲ ਟੈਸਟ ਪੇਪਰ ਤਿਆਰ ਕੀਤਾ ਹੋਇਆ ਜਿਹੜਾ ਜਨਵਰੀ 2023 ਚ ਆਇਆ ਸੀਗਾ ਠੀਕ ਹੈ ਜਿਹੜੇ ਬੱਚੇ ਰੀਪੀਅਰ ਚ ਸੀਗੇ ਤਾਂ ਫਰਸਟ ਸੈਮੈਸਟਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਊੜਾ ਵਾਂਦੇ ਵਿੱਚ ਜਿਹੜਾ ਪ੍ਰਸੰਗ ਸਹਿਤ ਵਿਆਖਿਆ ਛੜਦੇ ਚੂੜੇ ਵਾਲੀਏ ਕੁੜੀ ਛੜਦੇ ਸੋ ਮੈਨ ਨਹੀਂ ਰਹਿਣਾ ਤੇਰੇ ਗਿਰਾਂ ਜਿਹੜਾ ਹੈ ਆਇਆ ਹੋਇਆ ਇਹ ਇੰਪੋਰਟੈਂਟ ਪੋਇਮ ਹੈ ਉਸ ਤੋਂ ਬਾਅਦ ਚ ਦੁੱਧ ਚਿੱਟੀਆਂ ਰੰਗਦਾਰ ਮਰਮਰਾ ਦੇ ਗੱਲ ਘਾਤ ਠੀਕ ਹੈ ਸੋ ਇਹ ਜਿਹੜਾ ਆਇਆ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਨੰਦੂ ਛੜੇ ਵਾਲਾ ਇਹਦੇ ਵਿੱਚ ਜਿਹੜਾ ਹੈਗਾ ਤਿੰਨ ਨੇ ਤਿੰਨ ਚੋਪਾਂ ਨੇ ਇੱਕ ਕਰਨਾ ਤਾਂ ਦੇਖ ਲਓ ਨੋਟ ਡਾਉਨ ਕਰ ਲਓ ਤਾਂ ਮੈਨੀ ਰਹਿਣਾ ਤੇਰੇ ਗਿਰਾ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚੋਂ ਜਿਹੜਾ ਹੈ ਕੇਂਦਰੀ ਪਾਪ ਪੁੱਛ ਲਿਆ ਜਾਂਦਾ ਸੋ ਪੁਰਾਣੇ ਪੰਜਾਬ ਨੂੰ ਮਾਜਾ ਮਾਂ ਬੋਲੀ ਤਾਂ ਵਿਸ਼ਾ ਵਸਤੂ ਜਿਹੜਾ ਹੈ ਇੱਕ ਜਿਹੜਾ ਹੈ ਆਪਾਂ ਕਰ ਸਕਦੇ ਇਹਨਾਂ ਦੇ ਵਿੱਚੋਂ ਕਿਸੇ ਕਵਿਤਾ ਦਾ ਇੱਕ ਵਿਸ਼ਾ ਵਸਤੂ ਕਰੋ ਜਾਂ ਫਿਰ ਜਿਹੜਾ ਹੈ ਸ਼ਿਵ ਕੁਮਾਰ ਦੀ ਪੰਜਾਬੀ ਸਾਹਿਤ ਨੂੰ ਦੇਣ ਦੇ ਉੱਤੇ ਜਿਹੜਾ ਹੈ ਨੋਟ ਲਿਖੋ ਤਾਂ ਇੰਪੋਰਟੈਂਟ ਹੈ ਇਹ ਵੀ ਸ਼ਿਵ ਕੁਮਾਰ ਬਟ ਉਸ ਤੋਂ ਬਾਅਦ ਰੂਪ ਤਰਨ ਨਾਵਲ ਦੇ ਵਿਸ਼ਾ ਵਸਤੂ ਤੇ ਨੋਟ ਲਿਖੋ ਤਾਂ ਇਹ ਜਿਹੜਾ ਹੈ ਹਨੇਰੇ ਰਾਹ ਨਾਵਲ ਤੁਹਾਨੂੰ ਲੱਗ ਚੁੱਕਿਆ ਸੋ ਇਹ ਨਹੀਂ ਆਉਣਾ ਹੈਗਾ ਉਸ ਤੋਂ ਬਾਅਦ ਜਿਹੜਾ ਹਾਈਕੂ ਗੀਤ ਗਜ਼ਲ ਇੰਪੋਰਟੈਂਟ ਹੈ ਕੋਈ ਇੱਕ ਪ੍ਰਭਾਸ਼ਾ ਦੇ ਤੱਤਾਂ ਤੇ ਨੋਟ ਲਿਖੋ ਕਹਾਣੀ ਨਾਵਲ ਤੇ ਕਾੰਗੀ ਠੀਕ ਹੈ ਸੋ ਵਿੰਡੋ ਸ਼ੋਪਿੰਗ ਦਾ ਲੇਖਕ ਕੌਣ ਹੈ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਤੁਹਾਡੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਕਿਸ ਛੰਦ ਵਿੱਚ ਲਿਖੀ ਗਈ ਹੈ ਸ਼ਿਵ ਕੁਮਾਰ ਨੂੰ ਕਿਹੜਾ ਸਾਹਿਤਾ ਕਰਦਮੀ ਅਵਾਰਡ ਜਿਹੜਾ ਹੈ ਮਿਲਦਾ ਹੈ ਮਤਲਾ ਕੀ ਹੁੰਦਾ ਹੈ ਮਿਸਰਾ ਕੀ ਹੁੰਦਾ ਸੋ ਉਹ ਉਸ ਤੋਂ ਬਾਅਦ ਹੈ ਹੁਣ ਇਹ ਤੁਹਾਡੇ ਨਾਵਲ ਦੇ ਕੁਸ਼ਚਨ ਹੈ ਇਹ ਆਪਾਂ ਨਹੀਂ ਕਰਨੇ ਹੈਗੇ ਠੀਕ ਹੈ ਸੋ ਕਵਿਤਾ ਦੇ ਕਿਹੜੇ ਕਿਹੜੇ ਤਤ ਨੇ ਨਾਟਕ ਦੇ ਕਿਹੜੇ ਕਿਹੜੇ ਤਤ ਨੇ ਇੰਪੋਰਟੈਂਟ ਹੈ ਠੀਕ ਹੈ ਸੋ ਏਸੀ ਇੰਪੋਰਟੈਂਟ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ